ਆ ਇੱਕ ਬੋਤਲ ਨਾਲ ਜੀ ਤੁਸੀਂ ਬਹੁਤ ਵੱਡਾ ਪੁੰਨ ਦਾ ਕੰਮ ਕਰ ਸਕਦੇ ਹੋ ਤੁਹਾਡੇ ਬਹੁਤ ਜ਼ਿਆਦੇ ਪਾਪ ਦੁੱਤੇ ਜਾਣਗੇ ਤੁਹਾਨੂੰ ਸਿਰਫ ਇੱਕ ਕੋਈ ਢੱਕਣ ਚਾਹੀਦਾ ਹੈ ਘਰੇ ਆਪਣੇ ਆਮ ਕਵਾੜ ਦੇ ਵਿੱਚ ਪੀਪੀਆਂ ਪਈਆਂ ਹੁੰਦੀਆਂ ਨੇ ਉਹ ਪੀਪੀਆਂ ਦੇ ਵਿੱਚੋਂ ਤੁਸੀਂ ਇੱਕ ਢੱਕਣ ਲੈਣਾ ਹੈ ਗੋਲ ਤੁਹਾਡਾ ਢੱਕਣ ਹੋਣਾ ਚਾਹੀਦਾ ਢੱਕਣ ਦੇ ਵਿੱਚ ਇੱਕ ਆਪਾਂ ਹੋਲ ਕਰ ਲਿਆ ਇੱਕ ਆਪਾਂ ਮੋਰਾ ਕੱਢ ਲਿਆ ਠੀਕ ਹੈ ਮੋਰਾ ਤੁਸੀਂ ਕਿਸੇ ਸਰੀਏ ਨੂੰ ਗਰਮ ਕਰਕੇ ਕੱਢ ਸਕਦੇ ਹੋ ਠੀਕ ਹੈ ਕਿਸੇ ਹੋਰ ਚੀਜ਼ ਨਾਲ ਵੀ ਤੁਸੀਂ ਮੋਰਾ ਕੱਟ ਸਕਦੇ ਹੋ ਪਰ ਤੁਹਾਡਾ ਜਿਹੜਾ ਇਹ ਮੋਰਾ ਹੈ ਉਹਦਾ ਸਾਈਜ਼ ਇੰਨਾ ਕੱਢਣਾ ਹੈ ਤੁਸੀਂ ਵੀ ਜਿਹੜੀ ਆਪਣੇ ਆ ਬੋਤਲ ਦਾ ਮੂੰਹ ਹੈ ਇਹ ਦੇ ਵਿੱਚ ਚ ਪਈ ਜੀ ਠੀਕ ਹੈ ਇਹੀ ਜਿਹਾ ਇੱਕ ਜਗਾੜ ਇਹ ਤਿਆਰ ਹੋ ਗਿਆ ਐਡੀ ਵੱਡੀ ਕਿ ਚੀਜ਼ ਤਿਆਰ ਹੋ ਗਈ ਜਿਹੜੀ ਸਾਰੀ ਜ਼ਿੰਦਗੀ ਤੁਹਾਡੇ ਜਿਹੜੇ ਤੁਸੀਂ ਕਰਮ ਕਰਦੇ ਉਹਨਾਂ ਦੇ ਵਿੱਚੇ ਇੱਕ ਕਰਮ ਗਿਣਿਆ ਜਾਊਗਾ ਠੀਕ ਹੈ ਘਰੇ ਬੈਠ ਕੇ ਤੁਹਾਡਾ ਇਹ ਕੰਮ ਹੋ ਜਾਊਗਾ ਇੱਕ ਟੱਕਣ ਦੇਖ ਲਓ ਤੁਸੀਂ ਟੱਕਣ ਦਾ ਵਿਚਲਾ ਪਾਸਾ ਜਿਹੜਾ ਇਹਨੂੰ ਆਪਾਂ ਪਲਾਸ ਨਾਲ ਥੋੜਾ ਥੋੜਾ ਸੈੱਟ ਕਰ ਲਿਆ ਆਪਾਂ ਨੇ ਵੱਡ ਕੇ ਕਿਉਂਕਿ ਇਹ ਜਿਹੜਾ ਮੋਰਾ ਸੀ ਇਹ ਛੋਟਾ ਹੈ ਆਪਾਂ ਥੋੜਾ ਜਿਹਾ ਮੋਰਾ ਵੱਡਾ ਕਰਨਾ ਹੈ ਤਾਂ ਕਿ ਜਿਹੜੀ ਆਪਣਾ ਬੋਤਲ ਦਾ ਮੂੰਹ ਹੈ ਚੰਗੀ ਤਰੀਕੇ ਨਾਲ ਉਹ ਵਿੱਚੋਂ ਨਿਕਲ ਜੇ ਠੀਕ ਹੈ ਆ ਆਪਾਂ ਤੁਸੀਂ ਮੰਨ ਕੇ ਚਲੋ ਆਪਣੇ ਜਿਹੜੇ ਘਰੇ ਚਾਕੂ ਪ ਛਿੱਲ ਕੇ ਇੱਕ ਵਾਰੀ ਹੌਲ ਕਰਕੇ ਵੱਡਾ ਹੌਲ ਕਰਨਾ ਜਦੋਂ ਆ ਦੇਖ ਲਓ ਕਟਰ ਨਾਲ ਆਪਾਂ ਹਲਕਾ 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 ਛਿੱਲ ਲਿਆ ਜਿੰਨਾ ਕ ਆਪਣਾ ਮੋਰਾ ਆਪਾਂ ਨੂੰ ਵੱਡਾ ਚਾਹੀਦਾ ਠੀਕ ਹੈ ਪਲਾਸਟ ਦੀ ਤੁਸੀਂ ਮਦਦ ਲੈ ਸਕਦੇ ਹੋ ਸਾਰੀਆਂ ਚੀਜ਼ਾਂ ਆਪਣੇ ਘਰੇ ਪਈਆਂ ਹੁੰਦੀਆਂ ਨੇ ਆ ਦੇਖ ਲਓ ਜੀ ਵਿੱਚ ਦੀ ਇਹਦੇ ਲੰਘ ਗਈ ਇਹ ਬੋਤਲ ਇਸ ਤੋਂ ਬਾਅਦ ਕੀ ਕਰਨਾ ਆਪਾਂ ਨੇ ਦੋ ਮੋਰੇ ਆ ਬੋਤਲ ਦੀਆਂ ਸਾਈਡਾਂ ਤੇ ਕਰਨੇ ਨੇ ਆਪਾਂ ਨੇ ਠੀਕ ਹੈ ਆਪਣੇ ਕੋਲ ਆ ਸੰਧ ਬਣਾਇਆ ਹੋਇਆ ਆਪਾਂ ਆ ਚੀਜ਼ ਨਾਲ ਕਰ ਲਏ ਮੋਰੇ ਤੁਸੀਂ ਗਰਮ ਕਰਕੇ ਕੋਈ ਹੋਰ ਚੀਜ਼ ਨਾਲ ਵੀ ਕਰ ਸਕਦੇ ਹੋ ਤੁਸੀਂ ਛੋਟੇ ਛੋਟੇ ਦੋ ਮੋਰੇ ਕੱਢ ਲਓ ਇਹਦੇ ਵਿੱਚ ਆ ਦੇਖੋ ਇੱਕ ਮੋਰਾ ਆਪਾਂ ਕੱਢ ਕੇ ਸਾ ਮੋਰੇ ਆਪਾਂ ਥੋੜਾ ਥੋੜਾ ਪਲਾਸ ਨਾਲ ਵੀ ਇਹਨੂੰ ਨਾਲ-ਨਾਲ ਛਿੱਲ ਲਾਂਗੇ ਦੋ ਮੋਰੇ ਕੱਢਣੇ ਨੇ ਜੀ ਆਪਾਂ ਨੇ ਚਾਕੂ ਨਾਲ ਆਪਾਂ ਨੇ ਇਹਨੂੰ ਕੱਟ ਲਿਆ ਚੰਗੀ ਤਰ੍ਹਾਂ ਤੇ ਦੋਨੇ ਮੋਰੇ ਥੋੜੇ ਆਹਮੋ ਸਾਹਮਣੇ ਹੋਣੇ ਚਾਹੀਦੇ ਨੇ ਸਭ ਤੋਂ ਵੱਡੀ ਗੱਲ ਇਹ ਵੀ ਤੁਸੀਂ ਧਿਆਨ ਰੱਖਣਾ ਹੈ ਬੋਤਲ ਦੇ ਵਿੱਚ ਦੋਨੇ ਮੋਰੇ ਥੋੜੇ ਆਹਮੋ ਸਾਹਮਣੇ ਹੋਣ ਬੋਤਲ ਤੁਸੀਂ ਪੈਪਸੀ ਵੀ ਲੈ ਸਕਦੇ ਹੋ ਤੇ ਦੂਸਰੀ ਵੀ ਬੋਤਲ ਲੈ ਸਕਦੇ ਹੋ ਬੋਤਲ ਜਿਹੜੀ ਮਰਜ਼ੀ ਹੋਵੇ ਆ ਦੇਖ ਲਓ ਦੋਨੇ ਮੋਰੇ ਆਪਣੇ ਨਿਕਲ ਗਏ ਤੇ ਇਸ ਤੋਂ ਬਾਅਦ ਆਪਾਂ ਨੇ ਇਹਨੂੰ ਢੱਕਣ ਦੇ ਵਿੱਚ ਫਸਾਤਾ ਚੰਗੀ ਤਰ੍ਹਾਂ ਆ ਤੁਸੀਂ ਚੈੱਕ ਕਰ ਲਓ ਚੰਗੀ ਤਰ੍ਹਾਂ ਆਪਾਂ ਨੂੰ ਇਹਨੂੰ ਵਿੱਚ ਫਸਾਵਾਂਗੇ ਚਾਹੇ ਤੁਸੀਂ ਛੋਟੀਆਂ ਆਪਣੇ ਹੁਣ ਖਾਲੀ ਪੈਪਸੀਆਂ ਹੋ ਜਾਂਦੀਆਂ ਨੇ ਉਹ ਚੀਜ਼ ਲੈ ਲਓ ਵੱਡੀ ਪੈਪਸੀ ਲੈ ਲਓ ਆਣੀ ਆਪਣੇ ਘਰੇ ਬਾਧੂ ਰੱਸੀਆਂ ਪਈਆਂ ਹੁੰਦੀਆਂ ਨੇ ਇਹ ਰੱਸੀ ਨੂੰ ਆਪਾਂ ਨੇ 나ਗਵਾਲ ਪਾਉਣਾ ਠੀਕ ਹੈ ਆਪਣੇ ਵੱਡੇ ਬਜ਼ੁਰਗਾਂ ਨੂੰ ਪਤਾ ਹੁੰਦਾ 나ਗਵਾਲ ਪਾ ਲਿਆ 나ਗਵਾਲ ਪਾਉਣ ਦਾ ਇਹ ਹੈ ਵੀ ਇਹ ਗੰਢ ਹੈ ਜਿਹੜੀ ਰਿਸਕ ਦੀ ਨਹੀਂ ਹੈਗੀ ਇੱਧਰ ਉੱਧਰ ਨਹੀਂ ਹੁੰਦੀ ਆ ਦੇਖੋ 나ਗਵਾਲ ਤੁਸੀਂ ਚੰਗੀ ਤਰ੍ਹਾਂ ਇਹਨੂੰ ਪਾ ਲੈਣਾ ਬੋਤਲ ਨੂੰ ਆ ਦੇਖੋ 나ਗਵਾਲ ਪੈ ਗਿਆ ਇੱਕ ਰੱਸੀ 나ਗਵਾਲ ਦਾ ਸਿਰ ਇੱਧਰੋਂ ਲੰਗਾ ਲੈਣਾ ਦੂਸਰਾ ਸਿਰ ਉਹਦੇ ਨਾਲ ਆਪਾਂ ਗੱਠ ਦੇ ਕੇ ਇਹਨੂੰ ਬੰਨ੍ਹ ਦੇਣਾ ਠੀਕ ਹੈ ਇਹਨੂੰ ਤੁਸੀਂ ਆਪਦੇ ਤਰੀਕੇ ਨਾਲ ਵੀ ਬੰਨ੍ਹ ਸਕਦੇ ਹੋ ਤੁਸੀਂ ਜਦੋਂ ਵੀਡੀਓ ਐਂਡ ਤੇ ਦੇਖੋਗੇ ਤੁਹਾਨੂੰ ਪਤਾ ਲੱਗ ਜੂਗਾ ਵੀ ਆਪਾਂ ਕਾਦੇ ਵਾਸਤੇ ਕਰਿਆ ਤਿਆਰ ਤੇ ਇਸ ਤੋਂ ਉਹ ਚੀਜ਼ ਤੁਸੀਂ ਕੋਈ ਵੀ ਦਾਣੇ ਜਿਹੜੇ ਵੀ ਮੰਨ ਕੇ ਚੱਲੋ ਆਪਣੇ ਭੋਜਨ ਦੇ ਵਿੱਚ ਆਉਂਦੇ ਨੇ ਠੀਕ ਹੈ ਉਹਨਾਂ ਨੂੰ ਤੁਸੀਂ ਇਸ ਬੋਤਲ ਦੇ ਵਿੱਚ ਭਰਨਾ ਜਿੰਨੇ ਕੁ ਵੀ ਤੁਸੀਂ ਭਰ ਸਕਦੇ ਉਹਨੂੰ ਭਰ ਲਓ ਪੂਰੀ ਵੱਡੀ ਬੋਤਲ ਐ ਤਾਂ ਘੱਟ ਪਾ ਲਓ ਨਹੀਂ ਤਾਂ ਤੁਸੀਂ ਜਿੰਨੇ ਕੁ ਤੁਹਾਡੇ ਕੋਲੇ ਦਾਣੇ ਪਏ ਨੇ ਦੋ ਚਾਰ ਚੀਜ਼ਾਂ ਮਿਕਸ ਕਰਕੇ ਮੂੰਗੀ ਵਗੈਰਾ ਹੋਰ ਸਾਰਾ ਕੁਝ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਆ ਦੇਖੋ ਜੀ ਪੈ ਗਿਆ ਆਪਣਾ ਸਾਰਾ ਸਮਾਨ ਵਿੱਚ ਤੇ ਹੁਣ ਆਪਾਂ ਚੱਲਦੇ ਹਾਂ ਨੂੰ ਇੱਕ ਦਰਖਤ ਦੇ ਉੱਤੇ ਬੰਨਾਂਗੇ ਇਹ ਬਹੁਤ ਵੱਡਾ ਪੁੰਨ ਦਾ ਕੰਮ ਹੋ ਗਿਆ ਜੀ ਦਾਣੇ ਇਹਦੇ ਚੋਂ ਆਪ ਹੀ ਨਿਕਲੀ ਜਾਣਗੇ ਜਾਂ ਪੰਛੀ ਇਹਦੇ ਚੋਂ ਆਪ ਕੱਢ ਸਕਦੇ ਨੇ ਤੇ ਤੁਹਾਨੂੰ ਸਾਰੀ ਜ਼ਿੰਦਗੀ ਪੰਛੀਆਂ ਦਾ ਪ Sim.